ਸਾਰੇ ਨੂੰ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੰਦੀਪ ਸਿੰਘ ਕਲਾਸਿਸ ਦੇ ਵਿੱਚ ਸੋ ਜਿਵੇਂ ਕਿ ਤੁਸੀਂ ਦੇਖ ਸਕਦੇ ਆ ਸਾਰਿਆਂ ਲਈ ਜੜੀ ਇੱਕ ਖੁਸ਼ਖਬਰੀ ਹੈ ਕਿ ਜਿਹੜੀਆਂ ETT 5994 ਜਿਹੜੀਆਂ ਪੋਸਟ ਸੀਗੀਆਂ ਉਨਾ ਦੀ ਅਨਸਰ ਕੀਜ਼ ਜਿਹੜੀਆਂ ਆਊਟ ਹੋ ਚੁੱਕੀਆਂ ਨੇ ਠੀਕ ਹੈ ਤਾਂ ਇਸ ਵੀਡੀਓ ਦੇ ਵਿੱਚ ਮੈਂ ਇਹ ਦਿਖਾਵਾਂਗਾ ਤੁਹਾਨੂੰ ਆਫੀਸ਼ੀਅਲ ਜਿਹੜਾ ਨੋਟੀਫਿਕੇਸ਼ਨ ਵੀ ਤੇ ਕਿਵੇਂ ਤੁਸੀਂ ਜਿਹੜੀਆਂ ਆਪਣੀ ਅਨਸਰ ਕੀਜ਼ ਜਿਹੜੀਆਂ ਦੇਖ ਸਕਦੇ ਠੀਕ ਹੈ ਸੋ ਵੀਡੀਓ ਦੇ ਨਾਲ ਤੁਸੀਂ ਬਣੇ ਰਹੋ ਨਵੇਂ ਜੋ ਇਸ ਚੈਨਲ ਤੇ ਵਿਜ਼ਿਟ ਜਿਨ੍ਹਾਂ ਨੇ ਕੀਤਾ ਹੈ ਉਹ ਚੈਨਲ ਨੂੰ ਸਬਸਕ੍ਰਾਈਬ ਲਾਈਕ ਔਰ ਸ਼ੇਅਰ ਜ਼ਰੂਰ ਕਰਿਓ ਠੀਕ ਹੈ ਜੀ ਸੋ ਅਨਸਰ ਕੀਜ਼ ਲਈ ਜਿਹੜਾ ਇਹਨਾਂ ਨੇ ਆਫੀਸ਼ੀਅਲ ਨੋਟੀਫਿਕੇਸ਼ਨ ਹੈ ਠੀਕ ਹੈ ਜੀ ਉਹ ਅਪਲੋਡ ਕੀਤਾ ਸੀਗਾ ਇਹਨਾਂ ਨੇ ਅੱਜ ਹੀ ਦੇਖੋ 31 3 23 ਠੀਕ ਹੈ ਇੱਦੇ ਵਿੱਚ ਤੁਸੀਂ ਦੇਖ ਸਕਦੇ ਆ ਕਿ ਇਹਨਾਂ ਨੇ ਕਿਹਾ ਹੋਇਆ ਹੈ ਕਿ ਲਿਖਤੀ ਟੈਸਟ ਸੰਬੰਧਿਤ ਜਿਹੜੀ ਉੱਤਰ ਗੂੰਜੀਆਂ ਵਿਭਾਗ ਦੀ ਵੈਬਸਾਈਟ ਠੀਕ ਹੈ ਇਹ ਪੇਪਰ ਜਿਹੜਾ ਹੈ ਜੀ ਦੇਖੋ 12 10 22 ਨੂੰ ਦਿੱਤਾ ਗਿਆ ਸੀ ਜਿਹੜਾ ਵਿਗਿਆਪਨ ਐਡਵਰਟਾਈਜ਼ਮੈਂਟ ਠੀਕ ਹੈ ਤੇ 5 3 3 ਨੂੰ ਇਹਦਾ ਪੇਪਰ ਜਿਹੜਾ ਲਿਆ ਗਿਆ ਸੀਗਾ ਠੀਕ ਹੈ ਸੋ ਜਿਹੜੇ ਇਹਨਾਂ ਨੇ ਕਿਹਾ ਹੈ ਕਿ ਵੈਬਸਾਈਟ ਤੇ www.education recruitment board ਦੇ ਤੇ ਨੋਟਿਸ ਦੇ ਉੱਪਰ ਅਪਲੋਡ ਕਰ ਦਿੱਤੀ ਗਈ ਆ ਆਨਸਰ ਕੀਜ਼ ਠੀਕ ਹੈ ਅਗਰ ਕਿਸ ਨੂੰ ਕਿਤੇ ਓਬਜੈਕਸ਼ਨ ਹੈ ਤੇ 50 ਰੁਪੀ ਜਿਹੜੇ ਆ ਉਹਦੇ ਅਕੋਰਡਿੰਗ ਆਨਲਾਈਨ ਜਮ੍ਹਾਂ ਕਰਵਾਉਂਦੇ ਹੋਏ ਤੇ 13 4 30 ਇਹਨੂੰ ਸ਼ਾਮ 5 ਵਜੇ ਤੱਕ ਜਿਹੜਾ ਆਪਣੇ ਕੋਲ ਸਮਾਂ ਹੈਗਾ ਤੁਸੀਂ ਜਿਹੜਾ ਉਹ ਜੇ ਤੇ ਕੁਐਸਚਨ ਦੇ ਕੋਈ ਇਤਰਾਜ਼ ਆ ਤੁਸੀਂ ਉਹਨੂੰ ਉੱਥੇ ਓਬਜੈਕਸ਼ਨ ਉਹਦਾ ਕਰ ਸਕਦੇ ਆ ਠੀਕ ਹੈ ਜੀ ਸੋ ਦੇਖਣਾ ਕਿਵੇਂ ਆ ਉਹਦੇ ਲਈ ਤੁਸੀਂ ਸਿੰਪਲ ਜਿਹੜੀ ਇਹਨਾਂ ਦੀ ਸਾਈਟ ਹੈ ਰਿਕਰੂਟਮੈਂਟ ਬੋਰਡ ਦੀ ਠੀਕ ਹੈ ਤੁਸੀਂ ਜਦੋਂ ਉੱਤੇ ਜਾਓਗੇ ਦੇਖੋ ਐਦਾਂ ਤੁਹਾਨੂੰ ਸ਼ੋ ਹੋਏਗਾ ਠੀਕ ਹੈ ਡਿਪਾਰਟਮੈਂਟ ਆਫ এডੂਕੇਸ਼ਨ ਸਕੂਲ এডੂਕੇਸ਼ਨ ਤੇ ਦੇਖੋ ਉੱਪਰ ਨੋਟਿਸ ਜਿਹੜਾ ਆਪਾਂ ਹੁਣੇ ਦੇਖਿਆ ਨੀਚੇ ਲਿਖਿਆ ਈਟੀਟੀ ਪੇਪਰ 1 ਆਨਸਰ ਕੀਜ਼ ਔਰ ਪੇਪਰ 2 ਇਹਨਾਂ ਤੇ ਜੇ ਤੁਸੀਂ ਕਲਿੱਕ ਕਰੋਗੇ ਆ ਦੇਖੋ ਈਟੀਟੀ ਪੇਪਰ 1 ਪੰਜਾਬੀ ਠੀਕ ਹੈ ਜਿਹੜਾ ਜਨਰਲ ਪੇਪਰ ਇਹਦੇ ਸਾਰੇ ਆਨਸਰ ਕੀਜ਼ ਮੌਜੂਦ ਨੇ ਔਰ ਜਿਹੜੇ ਇਹ ਵੀ ਆਨਸਰ ਕੀਜ਼ ਮੌਜੂਦ ਨੇ ਠੀਕ ਹੈ ਜੀ ਸੋ ਇਹ ਦੋਨੋਂ ਜਿਹੜੀਆਂ ਆਨਸਰ ਕੀਜ਼ਾ ਮੈਂ ਪੀਡੀਐਫ ਜਿਹੜੀ ਹੈ ਦੀ ਹੇਠਾਂ ਅਪਲੋਡ ਕਰ ਦਾਂਗਾ ਤੁਸੀਂ ਸਹਾਨੀ ਦੇ ਨਾਲ ਉਹਦੇ ਵਿੱਚ ਮੈਚ ਕਰਕੇ ਆਪਣੇ ਦੇਖ ਸਕਦੇ ਆਨਸਰ ਠੀਕ ਹੈ ਜੀ ਸੋ ਵੀਡੀਓ ਦੇਖੀਏ ਤੱਕ ਬਣੇ ਰਹੇ ਤੁਹਾਡੇ ਸਾਰਿਆਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ